ਹਾਂਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਟੂ ਅਵਰ YouTube ਚੈਨਲ ਡੀ ਇੰਕ ਟੈਟੂਜ਼। ਅਤੇ ਅੱਜ ਦੀ ਵੀਡੀਓ ਦਾ ਜਿਹੜਾ ਆਪਾਂ ਟੋਪਿਕ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂਗੇ, ਉਹ ਬਹੁਤ ਹੀ ਜ਼ਿਆਦਾ ਹੋਟ ਟ੍ਰੈਂਡਿੰਗ ਟੋਪਿਕ ਹੈਗਾ। ਬਹੁਤ ਲੋਕ ਨੇ ਉਹ ਚੀਜ਼ ਦੇ ਵਿੱਚ ਕਨਫਿਊਜ਼ਨ ਦੇ ਵਿੱਚ ਰਹਿੰਦੇ ਨੇ, ਤਾਂ ਆਪਾਂ ਸਾਰੇ ਦੇ ਸਾਰੇ ਉਹਦੇ ਨਾਲ ਰਲਦੇ ਜੁਲਦੇ ਫੈਕਟ ਨੇ ਜਿਹੜੇ ਉਹ ਡਿਸਕਸ਼ਨ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਤਾਂ ਟੋਪਿਕ ਹੋਣ ਵਾਲਾ ਗਾ ਚੀਪ ਟੈਟੂਜ਼ ਵਰਸਿਸ ਐਕਸਪੈਂਸਿਵ ਟੈਟੂਜ਼, ਤਾਂ ਇਹਨਾਂ ਦੇ ਵਿੱਚ ਫਰਕ ਕੀ ਹੈ, ਅਤੇ ਚਲੋ ਕਰਦੇ ਹੋ ਵੀਡੀਓ ਅੱਗੇ ਸਟਾਰਟ। ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਈ ਕੋਸਟ ਟੈਟੂਜ਼ ਦੇ ਉੱਪਰ। ਹਾਈ ਕੋਸਟ ਆਰਟਿਸਟ ਕਿਉਂ ਚਾਰਜ ਕਰਦੇ ਨੇ, ਤਾਂ ਉਹਦੇ ਪਿੱਛੇ ਦੇ ਫੈਕਟ ਕੀ ਨੇਗੇ। ਹਾਈ ਕੋਸਟ ਚਾਰਜ ਕਰਨ ਦੇ ਪਿੱਛੇ ਇਹ ਹੋ ਸਕਦਾ ਕਿ ਆਰਟਿਸਟ ਤੁਹਾਨੂੰ ਕਿੱਦਾਂ ਦੀ ਸਰਵਿਸ ਪ੍ਰੋਵਾਈਡ ਕਰਾ ਰਹੇ ਨੇਗੇ, ਅਤੇ ਪਲੱਸ ਉਹਨਾਂ ਦਾ ਐਕਸਪੀਰੀਅੰਸ ਕਿੰਨੇ ਟਾਈਮ ਦਾ ਗਾ, ਕਿਉਂਕਿ ਇੱਕ ਆਰਟਿਸਟ ਦਾ ਐਕਸਪੀਰੀਅੰਸ ਟੈਟੂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦਾ ਗਾ। ਕਿਉਂਕਿ ਇੱਕ ਆਰਟਿਸਟ ਦਾ ਜਿਹੜਾ ਉਹ ਤੁਹਾਡੀ ਬਾਡੀ ਦੇ ਉੱਪਰ ਕੰਮ ਕਰ ਰਿਹਾ ਗਾ, ਨਾ ਕਿ ਇੱਕ ਪੇਪਰ ਦੇ ਉੱਪਰ। ਪੇਪਰ ਦੇ ਉੱਪਰ ਮਿਸਟੇਕ ਹੋ ਗਈ ਤਾਂ ਕੋਈ ਚੱਕਰ ਨਹੀਂ ਹੈਗਾ, ਬੰਦਾ ਦੁਬਾਰਾ ਮਤਲਬ ਉਹਨੂੰ ਰੀਟੇਕ ਕਰ ਸਕਦਾ ਹੈਗਾ। ਬਟ ਬਾਡੀ ਦੇ ਉੱਪਰ ਇੱਕ ਵਾਰ ਮਿਸਟੇਕ ਹੋ ਗਈ ਤਾਂ ਉਹ ਇੱਕ ਤਰ੍ਹਾਂ ਦਾ ਜ਼ਖਮ ਬਣ ਸਕਦਾ ਹੈਗਾ, ਹੈ ਨਾ। ਤਾਂ ਉਹ ਚੀਜ਼ ਮੈਟਰ ਕਰਦੀ ਹੈਗੀ ਆਰਟਿਸਟ ਦੇ ਐਕਸਪੀਰੀਅੰਸ ਦੇ ਉੱਪਰ, ਕਿ ਉਹਨੂੰ ਸਕਿੰਨ ਦੇ ਉੱਪਰ ਕੰਮ ਕਰਨ ਦਾ ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈਗਾ। ਅਤੇ ਇਸ ਤੋਂ ਬਾਅਦ ਦੇ ਜਿਹੜੇ ਫੈਕਟ ਨੇਗੇ ਉਹ ਆ ਜਾਂਦੇ ਨੇਗੇ ਇਨਵਾਇਰਮੈਂਟ, ਕਿ ਤੁਸੀਂ ਕਿਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਬਹਿ ਕੇ ਟੈਟੂ ਕਰਵਾ ਰਹੇ ਹੋ, ਸਟੂਡੀਓ ਦੀ ਕਲੀਨਿੰਗ ਕਿੱਦਾਂ ਦੀ ਹੈਗੀ, ਸੈਨੀਟਾਈਜ਼ ਪ੍ਰੋਪਰ ਕੀਤਾ ਹੋਇਆ ਗਾ, ਪ੍ਰੋਪਰ ਇਕਿਉਪਮੈਂਟਸ ਹੈਗੇ ਨੇਗੇ, ਜਾਂ ਆਰਟਿਸਟ ਤੁਹਾਨੂੰ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਪ੍ਰੋਵਾਈਡ ਕਰਾ ਰਿਹਾ ਹੈਗਾ, ਉਹ ਚੀਜ਼ ਦੇ ਨਾਲ ਵੀ ਜਿਹੜੀ ਟੈਟੂ ਦੀ ਪ੍ਰਾਈਸਿੰਗ ਹੈਗੀ ਉਹ ਅੱਪ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਦਾ ਫੈਕਟ ਆ ਜਾਂਦਾ ਗਾ ਟੈਟੂ ਦੇ ਸਾਈਜ਼ ਦੇ ਉੱਪਰ। ਬਹੁਤ ਵਾਰ ਜਿਹੜਾ ਟੈਟੂ ਦੀ ਜਿਹੜੀ ਡਿਜ਼ਾਈਨਿੰਗ ਹੈਗੀ ਜਾਂ ਉਹਦਾ ਸਾਈਜ਼ ਹੈਗਾ, ਉਸ ਅਕੋਰਡਿੰਗ ਵੀ ਹੋ ਜਾਂਦਾ ਗਾ। ਜਸਟ ਲਾਈਕ ਤੁਸੀਂ ਸਮਾਲ ਟੈਟੂ ਕਰਵਾ ਰਹੇ ਹੋਗੇ ਤਾਂ ਉਹਦੇ ਜਿਹੜੇ ਚਾਰਜਸ ਨੇ ਬਾਕੀ ਟੈਟੂਜ਼ ਨੂੰ ਘੱਟ ਹੋਣਗੇ। ਇਫ ਤੁਸੀਂ ਡਿਜ਼ਾਈਨ ਬਿਗ ਚੂਜ਼ ਕਰ ਰਹੇ ਹੋਗੇ ਜਾਂ ਜੋ ਜ਼ਿਆਦਾ ਟਾਈਮਿੰਗ ਕੰਜ਼ਿਊਮ ਕਰ ਰਿਹਾ ਹੈਗਾ, ਅਗੇਨ ਗੱਲ ਕਰ ਰਹੇ ਹਾਂ ਸੈਸ਼ਨਸ ਦੇ ਉੱਪਰ, ਤਾਂ ਜੇਕਰ ਟੈਟੂ ਦੇ ਤੁਹਾਡੇ ਸੈਸ਼ਨਸ ਜ਼ਿਆਦਾ ਜਾ ਰਹੇ ਨੇ, ਆਰਟਿਸਟ ਜ਼ਿਆਦਾ ਟਾਈਮ ਸਪੈਂਡ ਕਰ ਰਿਹਾ ਹੈਗਾ, ਤਾਂ ਉਸ ਅਕੋਰਡਿੰਗ ਵੀ ਉਹ ਤੁਹਾਡੇ ਤੋਂ ਚਾਰਜ ਕਰ ਸਕਦਾ ਹੈਗਾ। ਤਾਂ ਉਸ ਤੋਂ ਬਾਅਦ ਅਚੀਵਮੈਂਟਸ ਵੀ ਮੈਟਰ ਕਰਦੀਆਂ ਨੇ ਆਰਟਿਸਟ ਦੀਆਂ, ਕਿ ਉਸ ਕੋਲ ਕਿਸ ਤਰ੍ਹਾਂ ਦੀ ਅਚੀਵਮੈਂਟਸ ਨੇਗੀਆਂ, ਜਾਂ ਉਹ ਕਮਿਊਨਿਟੀ ਦੇ ਵਿੱਚ ਕਿੱਦਾਂ ਦਾ, ਹੈ ਨਾ, ਮੰਨ ਕੇ ਚੱਲੋ ਉਹਨੇ ਆਪਣਾ ਐਕਸਪੀਰੀਅੰਸ ਦੇ ਨਾਲ ਕਿੱਦਾਂ ਦਾ ਨੇਮ ਬਿਲਡਅਪ ਕੀਤਾ ਹੋਇਆ ਹੈਗਾ, ਤਾਂ ਉਹ ਚੀਜ਼ ਵੀ ਕਈ ਵਾਰ ਆਰਟਿਸਟ ਨਾਲ ਚਾਰਜ ਕਰ ਲੈਂਦੇ ਨੇ, ਕਿ ਜਸਟ ਲਾਈਕ ਕਿਸੇ ਦੀ ਹਾਈਪ ਜ਼ਿਆਦਾ ਹੈਗੀ, ਦੈਨ ਉਹ ਡੈਫੀਨੇਟਲੀ ਮਾਰਕੀਟ ਤੋਂ ਜ਼ਿਆਦਾ ਚਾਰਜ ਕਰ ਲੈਂਦਾ ਹੈਗਾ। ਹਾਂਜੀ ਤਾਂ ਹੁਣ ਆਪਾਂ ਗੱਲ ਕਰਦੇ ਹਾਂਗੇ ਚੀਪ ਟੈਟੂਸ ਦੇ ਬਾਰੇ। ਚੀਪ ਟੈਟੂਸ ਜਾਂ ਪ੍ਰਾਈਜ਼ਿੰਗ ਘੱਟ ਟੈਟੂਸ ਦੀ ਕਿਉਂ ਹੁੰਦੀ ਹੈਗੀ, ਜਾਂ ਤਾਂ ਉਹ ਆਰਟਿਸਟ ਮੰਨ ਕੇ ਚੱਲੋ ਵੀ ਘੱਟ ਐਕਸਪੀਰੀਅੰਸ ਆਰਟਿਸਟ ਹੁੰਦੇ ਨੇਗੇ, ਤਾਂ ਉਹ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਚਾਰਜ ਕਰ ਰਹੇ ਨੇਗੇ। ਹੁਣ ਡੈਫੀਨੇਟਲੀ ਹੈਗਾ ਇੱਕ ਚੀਜ਼, ਜੇ ਕੋਈ ਆਰਟਿਸਟ ਤੁਹਾਡੇ ਤੋਂ ਘੱਟ ਚਾਰਜ ਕਰ ਰਿਹਾ ਹੈਗਾ, ਤਾਂ ਉਹ ਚੀਜ਼ ਜੋ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਉਹ ਡੈਫੀਨੇਟਲੀ ਉਨੀ ਹੀ ਕੋਸਟ ਦੀ ਹੁੰਦੀ ਹੈਗੀ। ਇਹ ਨਹੀਂ ਹੈਗਾ ਕਿ ਇੱਕ ਆਰਟਿਸਟ ਜਸਟ ਤੁਹਾਨੂੰ 1 ਲੱਖ ਚਾਰਜ ਕਰ ਰਿਹਾ ਹੈਗਾ ਜਾਂ 50,000 ਚਾਰਜ ਕਰ ਰਿਹਾ ਹੈਗਾ, ਤਾਂ ਦੂਸਰਾ ਆਰਟਿਸਟ ਜਸਟ ਤੁਹਾਨੂੰ 10% ਦੇ ਵਿੱਚ ਤੁਹਾਨੂੰ ਸੇਮ ਚੀਜ਼ ਦੇ ਰਿਹਾ ਹੈਗਾ। ਬਹੁਤ ਰੇਅਰ ਇਹ ਚਾਂਸ ਹੁੰਦਾ ਹੈਗਾ ਕਿ ਕੋਈ ਆਰਟਿਸਟ ਜਸਟ ਆਪਣਾ ਪੋਰਟਫੋਲੀਓ ਬਿਲਡ ਕਰਨ ਦੇ ਲਈ ਤੁਹਾਨੂੰ ਲੋਅ ਪ੍ਰਾਈਸਿੰਗ ਦੇ ਉੱਪਰ ਕਈ ਵਾਰ ਕੋਈ ਚੀਜ਼ ਆਫਰ ਕਰ ਦਵੇ, ਹੈ ਨਾ। ਬਟ ਮੋਸਟਲੀ ਇਹ ਚਾਂਸਸ ਹੁੰਦੇ ਨੇ ਕਿ ਜੇ ਕੋਈ ਤੁਹਾਨੂੰ 10,000 ਦੀ ਚੀਜ਼ ਬਣਾ ਕੇ ਦੇ ਰਿਹਾ ਹੈਗਾ, ਤਾਂ ਡੈਫੀਨੇਟਲੀ ਉਹਦੀ ਕੋਸਟ 10,000 ਹੀ ਆ। ਤਾਂ ਤੁਸੀਂ ਮਨ ਦੇ ਵਿੱਚ ਇਹ ਚੀਜ਼ ਦਾ ਵਹਿਮ ਨਾ ਰੱਖਿਆ ਕਰੋ ਕਿ 10,000 ਵਾਲਾ ਟੈਟੂ 1 ਲੱਖ ਵਾਲੇ ਟੈਟੂਸ ਦੇ ਨਾਲ ਕੰਪੈਰੀਜ਼ਨ ਦੇ ਵਿੱਚ ਬੈਟਰ ਹੋਊਗਾ। ਤਾਂ ਇੱਥੇ ਤੁਹਾਡੇ ਲਈ ਕੀ ਮੈਟਰ ਕਰਦਾ ਗਾ, ਰਿਸਰਚ। ਤਾਂ ਤੁਸੀਂ ਰਿਸਰਚ ਕਰੋ ਉਦਾਂ ਦਾ ਆਰਟਵਰਕ ਜੋ ਤੁਸੀਂ ਚਾਹੁੰਦੇ ਹੋਗੇ ਕਿ ਉਹਨਾਂ ਕੁ ਆਰਟਵਰਕ ਤੁਹਾਨੂੰ ਕਿਸ ਪ੍ਰਾਈਸ ਰੇਂਜ ਦੇ ਵਿੱਚ ਕਿਤੋਂ ਬੈਟਰ ਲਈ ਮਿਲ ਰਿਹਾ ਹੈਗਾ। ਇਫ ਤੁਹਾਨੂੰ ਮਿਲ ਰਿਹਾ ਹੈਗਾ, ਦੈਨ ਡੈਫੀਨੇਟਲੀ ਤੁਸੀਂ ਉਸ ਨੂੰ ਰਿਕਮੈਂਡ ਕਰ ਸਕਦੇ ਹੋਗੇ, ਉਹ ਤਾਂ ਆਰਟਿਸਟ ਤੋਂ ਮੰਨ ਕੇ ਚੱਲੋ ਕੰਮ ਕਰਵਾ ਸਕਦੇ ਹੋਗੇ, ਹੈ ਨਾ। ਬਟ ਇਹ ਚੀਜ਼ਾਂ ਨੇਮ ਟੈਟੂਸ ਦੇ ਵਿੱਚ ਪੋਸੀਬਲ ਹੋ ਸਕਦੀਆਂ ਨੇ, ਜਾਂ ਕੋਈ ਸਮਾਲ ਲਾਈਨ ਵਰਕ ਵਾਲੇ ਟੈਟੂਸ ਦੇ ਵਿੱਚ ਪੋਸੀਬਲ ਹੋ ਸਕਦੀਆਂ ਨੇਗੀਆਂ। ਬਟ ਜੇਕਰ ਤੁਸੀਂ ਹੁਣ ਐਜ਼ ਕੰਪੇਅਰ ਟੂ ਫੋਰਨ ਦੇ ਆਰਟਿਸਟ ਨੂੰ ਆਪਾਂ ਕੰਪੇਅਰ ਕਰੀਏ, ਉਹ ਜਸਟ ਸਮਾਲ ਜੇ ਪੋਰਟਰੇਟ ਟੈਟੂ ਦਾ ਹੀ ਕਈ ਵਾਰ ਸਿਮਿਲਰ ਚਾਰਜ ਕਰ ਲੈਂਦੇ ਨੇ। ਉਹਦੇ ਉੱਪਰ ਵੀ ਅਗੇਨ ਉਹੀ ਚੀਜ਼ ਦਾ ਫੈਕਟ ਹੁੰਦਾ ਹੈਗਾ ਕਿ ਟਾਈਮਿੰਗ, ਕਿ ਉਸ ਟੈਟੂ ਨੂੰ ਬਣਾਉਣ ਦੇ ਲਈ ਕਿੰਨੀ ਟਾਈਮਿੰਗ ਲੱਗੀ ਆ, ਕਿੰਨਾ ਐਕਸਪੀਰੀਅੰਸ ਲੱਗੇਗਾ। ਤਾਂ ਇਹ ਚੀਜ਼ ਦੇ ਨਾਲ ਪ੍ਰਾਈਸਿੰਗ ਅਪ ਐਂਡ ਡਾਊਨ ਹੁੰਦੀ ਰਹਿੰਦੀ ਹੈਗੀ। ਜੇ ਮੇਰੇ ਵੱਲੋਂ ਤੁਸੀਂ ਇੱਕ ਰਿਕਮੈਂਡੇਸ਼ਨ ਮੰਗਦੇ ਹੋਗੇ, ਤਾਂ ਤੁਸੀਂ ਆਰਟਿਸਟ ਦਾ ਆਰਟਵਰਕ ਚੈੱਕ ਕਰਿਆ ਕਰੋ, ਠੀਕ ਹੈ। ਪ੍ਰਾਈਸਿੰਗ ਦੀ ਗੱਲ ਬਾਅਦ ਵਿੱਚ ਹੁੰਦੀ ਹੈਗੀ, ਪਹਿਲਾਂ ਤੁਸੀਂ ਆਰਟਿਸਟ ਨਾਲ ਡਿਸਕਸ਼ਨ ਕਰੋ ਪ੍ਰੋਪਰਲੀ ਕਿ ਤੁਹਾਨੂੰ ਇਦਾਂ ਦਾ ਆਰਟਵਰਕ ਚਾਹੀਦਾ, ਅਤੇ ਉਹ ਆਰਟਿਸਟ ਤੁਹਾਨੂੰ ਕਿੰਨਾ ਟਾਈਮ ਕਹਿ ਰਿਹਾ ਹੈਗਾ ਉਸ ਚੀਜ਼ ਦੇ ਲਈ। ਔਰ ਇੱਕ ਚੀਜ਼ ਹੋਰ, ਆਪਣੇ ਸਟੂਡੀਓ ਦੇ ਵਿੱਚ ਨੋਰਮਲੀ ਚੀਜ਼ ਚੱਲਦੀ ਹੈ ਕਿ ਇੱਕ ਸਲੀਵ ਕਰਨੀ ਆ, ਜਸਟ ਆ ਜਾਓ ਅਤੇ 1 ਦਿਨ ਦੇ ਅੰਦਰ ਜਾਂ 2-3 ਦਿਨ ਅੰਦਰ ਤੁਹਾਡਾ ਕੰਮ ਹੋ ਗਿਆ। ਤੁਸੀਂ ਨੋਰਮਲੀ ਕੰਪੇਅਰ ਕਰ, ਤੁਸੀਂ ਸੋਚੋ ਇਹ ਚੀਜ਼ ਨੂੰ, ਹੈ ਨਾ, ਵੀ ਜੇ ਕੋਈ ਬੰਦਾ ਤੁਹਾਨੂੰ 2 ਘੰਟੇ ਦੇ ਅੰਦਰ ਕੰਮ ਕਰਕੇ ਦੇ ਰਿਹਾ ਹੈਗਾ, ਫੋਰ ਐਗਜ਼ਾਮਪਲ, ਹੈ ਨਾ, ਤਾਂ ਇੱਕ ਬੰਦਾ ਤੁਹਾਨੂੰ 10 ਘੰਟੇ ਦੇ ਵਿੱਚ ਕੰਮ ਕਰਕੇ ਦੇ ਰਿਹਾ ਹੈਗਾ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਹੋਊਗਾ। ਤੁਸੀਂ ਬਾਡੀ ਦੇ ਉੱਪਰ ਕੰਮ ਕਰਵਾ ਰਹੇ ਹੋਗੇ, ਹੈ ਨਾ, ਤਾਂ ਬਾਡੀ ਦੇ ਉੱਪਰ ਜੋ ਚੀਜ਼ 1 ਵਾਰ ਬਣ ਗਈ ਤੁਸੀਂ ਉਹਨੂੰ ਬਾਅਦ ਵਿੱਚ ਬੈਟਰ ਨਹੀਂ ਕਰ ਸਕਦੇ ਹੈਗੇ। ਤਾਂ ਫੋਕਸ ਦਿਆ ਕਰੋ ਆਰਟਿਸਟ ਦੇ ਆਰਟਵਰਕ ਦੇ ਉੱਪਰ, ਨਾ ਕਿ ਪ੍ਰਾਈਜ਼ਿੰਗ ਦੀ ਬਾਅਦ ਦੀ ਗੱਲ ਆ ਜਾਂਦੀ ਹੈਗੀ। ਤਾਂ ਪਹਿਲਾਂ ਇਹ ਚੀਜ਼ ਨੂੰ ਬੈਟਰਲੀ ਅਬਜ਼ਰਵ
कि जिहड़ा आर्टिस्ट ज़्यादा चार्ज कर रहा है कि उही तुहानू एक बैटरली आर्टवर्क दिंदा होवे। जस्ट लाइक कई आर्टिस्ट ने जो ज़्यादा चार्ज कर रहे हैं बट उन्होंने आर्टवर्क के उन्नी क्वालिटी नहीं होंगी है कि जिन्ना तुम्हें उस तो घट प्राइसिंग दे विच भी मिल सकती है। तो इतने थोड़े लिए ज़्यादा मैटर की करता है कि तुम एक आर्टिस्ट सर्च करो बैटर जो तुम्हें जिदा का कम चाहिए गा उदा तुम्हें कम प्रोवाइड करवा दे। फॉर एग्जाम्पल दिना मैं तुम्हें एक सिंपल जी कि तुम नेम टैटू करवाना गा। जस्ट लाइक नेम टैटू के लिए हूँ तुम एक आर्टिस्ट तुम्हें मैं चलो 2500 चार्ज कर रहा है एक 10,000 या 15,000 चार्ज लिए कह रहा है जस्ट फॉर नेम टैटू। जे थोड़ा उही कम ਤੁਹਾਡਾ ਮੰਨ ਕੇ ਚੱਲੋ 2500 'ਚ ਹੋ ਰਿਹਾ ਹੈਗਾ ਤਾਂ ਤੁਸੀਂ ਡੈਫੀਨੇਟਲੀ ਉੱਥੇ ਉਹਨੂੰ ਰਿਕਮੈਂਡ ਕਰ ਸਕਦੇ ਹੋਗੇ ਹੈ ਨਾ ਵੀ ਉੱਥੇ ਜਾ ਸਕਦੇ ਹੋਗੇ ਉਹਨਾਂ ਤੋਂ ਟੈਟੂ ਕਰਵਾ ਸਕਦੇ ਹੋਗੇ। ਬਟ ਇਹ ਚੀਜ਼ ਰਿਅਲਿਜ਼ਮ ਜਾਂ ਰਿਅਲਿਸਟਿਕ ਵਰਕਸ ਦੇ ਵਿੱਚ ਨਹੀਂ ਹੁੰਦੀ ਹੈਗੀ। ਹਾਂਜੀ ਤਾਂ ਹੋਪਫੁਲੀ ਜਿਹੜਾ ਤੁਹਾਡੇ ਮਾਇੰਡ ਦੇ ਵਿੱਚੋਂ ਹੈਗਾ ਹਾਈ ਪ੍ਰਾਈਸਿੰਗ ਅਤੇ ਲੋਅ ਪ੍ਰਾਈਸਿੰਗ ਵਾਲਾ ਚੱਕਰ ਉਹ ਕਲੀਅਰ ਹੋ ਗਿਆ ਹੋਊਗਾ। ਇਫ ਤੁਹਾਡੇ ਕੋਈ ਡਾਊਟਸ ਹੋਏ ਤਾਂ ਤੁਸੀਂ ਸਾਨੂੰ ਨੀਚੇ ਕਮੈਂਟ ਵੀ ਕਰ ਸਕਦੇ ਹੋਗੇ ਅਤੇ ਇਸ ਤਰ੍ਹਾਂ ਦੀ ਵੀਡੀਓਜ਼ ਅਸੀਂ ਤੁਹਾਡੇ ਲਈ ਹੋਰ ਵੀ ਲੈ ਕੇ ਆਵਾਂਗੇ। ਸਾਡਾ ਜਸਟ ਇਹਨਾਂ ਨੂੰ ਐਕਸਪਲੇਨ ਕਰਨ ਦਾ ਇੱਕ ਬੈਟਰ ਵੇ ਇਹ ਹੈ ਤਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਨਾ ਇੱਕ ਬੈਟਰਲੀ ਮੈਸੇਜ ਆ ਸਕੇ। ਲੋਕ ਅੱਜ ਕੱਲ੍ਹ ਟੈਟੂ ਜ਼ਰੂਰ ਕਰਵਾ ਰਹੇ ਨੇਗੇ, ਸਾਰੇ ਲੋਕ ਟੈਟੂਸ ਵੱਲ ਜਾ ਰਹੇ ਨੇਗੇ, ਬਟ ਮੋਸਟਲੀ ਲੋਕਾਂ ਦੀਆਂ ਬਾਹਾਂ ਖਰਾਬ ਹੋ ਰਹੀਆਂ ਨੇਗੀਆਂ ਪ੍ਰਾਈਜ਼ਿੰਗ ਦੇ ਚੱਕਰ ਦੇ ਵਿੱਚ ਵੀ ਜਾਂ ਅਣਗਹਿਲੀ ਦੇ ਚੱਕਰ ਦੇ ਵਿੱਚ ਵੀ। ਤਾਂ ਸਾਡੀ ਕੋਸ਼ਿਸ਼ ਇਸ ਚੀਜ਼ ਦੇ ਵੱਲ ਜ਼ਿਆਦਾ ਰਹਿੰਦੀ ਹੈ ਕਿ ਤੁਹਾਨੂੰ ਬੈਟਰ ਟੂ ਬੈਟਰ ਰਿਕਮੈਂਡ ਚੀਜ਼ਾਂ ਕਰ ਸਕੀਏ ਤਾਂ ਕਿ ਤੁਸੀਂ ਆਪਣੀ ਬਾਡੀ ਨੂੰ ਖਰਾਬ ਨਾ ਕਰੋ ਬਟ ਆਪਣੀ ਪਰਸਨੈਲਿਟੀ ਨੂੰ ਇਨਹੈਂਸ ਕਰੋ। ਹੋਰ ਵੀਡੀਓਜ਼ ਦੇਖਣ ਦੇ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮੱਚ।